ਚੰਡੀਗੜ੍ਹ ਏਅਰਪੋਰਟ ਅੱਡੇ ਦੇ ਉੱਤੇ, ਚੰਡੀਗੜ੍ਹ ਦੇ ਉੱਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ, ਕੋਈ ਮਾੜਾ ਨਹੀਂ ਕੀਤਾ, ਚੰਗਾ ਕੀਤਾ ਯਾਰ। ਚੰਡੀਗੜ੍ਹ ਏਅਰਪੋਰਟ ਅੱਡੇ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ, ਕੋਈ ਮਾੜਾ ਨਹੀਂ ਕੀਤਾ, ਚੰਗਾ ਕੀਤਾ ਯਾਰ। ਇਹ BJP ਦੇ ਕਹਿ ਦਿੱਤੇ ਇਸ ਤਰ੍ਹਾਂ ਕਰ ਸਕਦੀ ਆ, ਉਹਨਾਂ ਦੇ ਇਸ਼ਾਰਿਆਂ 'ਤੇ ਚੱਲਦੀ ਹੋਈ ਜੇ ਇਹ ਤਰ੍ਹਾਂ ਕਰ ਸਕਦੀ ਆ, ਅਤੇ ਸਾਡੇ ਘਰਾਂ 'ਚ ਵੀ ਜਿਹੜੀਆਂ ਜੰਮੀਆਂ ਸਾਡੀਆਂ ਧੀਆਂ ਭੈਣਾਂ ਨੇ, ਉਹਨਾਂ ਦੇ ਵਿੱਚ ਵੀ ਅਣਖ ਹੈਗੀ ਆ, ਉਹ ਵੀ ਫਿਰ ਇਸ ਚੀਜ਼ ਦਾ ਬਦਲਾ ਜਿਹੜੀਆਂ ਉਹ ਲੈ ਸਕਦੀਆਂ। ਮੀਨਾ ਰੋਡ 'ਤੇ ਜਿਹੜੀ ਚਪੇੜ ਵੱਜੀ ਆ, ਇਹ ਕਿਉਂ ਵੱਜੀ, ਇਹਦਾ ਕਾਰਨ ਕੀ ਹੈ? ਇਹ ਇੱਕ ਔਰਤ ਹੋਣ ਦੇ ਨਾਤੇ ਜੋ ਕੁਝ ਇਹ ਕਿਸਾਨੀ ਸੰਘਰਸ਼ ਦੇ ਖਿਲਾਫ ਸਾਡੀਆਂ ਬਜ਼ੁਰਗ ਔਰਤਾਂ ਨੂੰ, ਇਹ ਕਹਿੰਦੀ ਸੀ ਕਿਰਾਏ 'ਤੇ ਲੈਂਦੀਆਂ ਨੇ, ਇਹ 100-100 ਰੁਪਈਏ ਦਿਹਾੜੀ 'ਤੇ ਲੈਂਦੀਆਂ ਨੇ, ਇਹ ਕੀ ਕੁਛ ਬੋਲਦੀ ਰਹੀ ਆ, ਇਹ ਕਿਸਾਨਾਂ ਨੂੰ ਕੀ ਕੁਛ ਬੋਲਦੀ ਰਹੀ ਆ। ਇਹਨੇ ਜਿਹੜੀਆਂ ਔਰਤ ਪਹਿਲਵਾਨ ਸਨ ਜਿਨ੍ਹਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ, ਕਿਤੇ ਉਹਨਾਂ ਦੇ ਹੱਕ 'ਚ ਵੀ ਕਿਤੇ ਬੋਲੀ ਸੀ, ਇਹ ਅੱਜ ਤੱਕ ਉਸ ਪਾਰਟੀ ਦੇ ਨਾਲ ਰਹਿ ਕੇ ਜਿਹਨੇ ਮਤਲਬ ਕਿ ਘੱਟ ਗਿਣਤੀਆਂ ਦੇ ਉੱਤੇ ਹਮਲੇ, ਕਿਸਾਨਾਂ ਦੇ ਉੱਤੇ ਹਮਲੇ, ਆਮ ਮਜ਼ਦੂਰਾਂ 'ਤੇ ਹਮਲੇ, ਔਰ ਜਿਹੜੀਆਂ ਮਾਸੂਮ ਲੜਕੀਆਂ, ਦਲਿਤ ਪਰਿਵਾਰਾਂ ਦੀਆਂ ਲੜਕੀਆਂ, ਉਹਨਾਂ 'ਤੇ ਬਲਾਤਕਾਰ ਕਰਕੇ ਉਹਨਾਂ ਦੀਆਂ ਡੈੱਡ ਬਾਡੀਆਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ, ਇਹ ਉਸ ਪਾਰਟੀ ਦੇ ਨਾਲ ਚੱਲ ਕੇ ਅਤੇ ਇਹ ਔਰਤਾਂ ਦੇ ਖਿਲਾਫ਼ ਬੋਲੇ, ਅਤੇ ਇਹਨਾਂ ਜਦੋਂ ਰੌਲਾ ਪਾਉਂਦੀ ਸੀ ਅਤੇ ਜਿਹੜੀ ਫਿਰ ਸਾਡੀ ਆ ਉਹ ਚੰਡੀਗੜ੍ਹ ਏਅਰਪੋਰਟ ਅੱਡੇ ਦੇ ਉੱਤੇ, ਚੰਡੀਗੜ੍ਹ ਦੇ ਉੱਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ, ਕੋਈ ਮਾੜਾ ਨਹੀਂ ਕੀਤਾ, ਚੰਗਾ ਕੀਤਾ ਯਾਰ। ਬੱਚਾ ਨੌਜਵਾਨ ਸ਼ਹੀਦ ਕੀਤਾ ਸ਼ੁਭ ਕਰਨ, ਉਹ ਤੁਹਾਡਾ ਅੱਤਵਾਦ ਨਹੀਂ? ਤੁਸੀਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ, ਦਿੱਲੀ ਅਸੀਂ ਜਾ ਨਹੀਂ ਸਕਦੇ, ਜੇ ਅਸੀਂ ਦਿੱਲੀ ਜਾਂਦੇ ਹਾਂ ਤਾਂ ਅੱਤਵਾਦੀ ਹਾਂ, ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਅੱਤਵਾਦੀ ਹਾਂ। ਸ਼ੁਭ ਕਰਨ ਨੇ ਕੀ ਕੀਤਾ ਸੀ, ਕਿਹੜੇ ਹਥਿਆਰ ਸੀ ਉਹਦੇ ਕੋਲ? ਇਹ ਕਹਿੰਦੇ ਸੀ ਇਹ ਹਥਿਆਰ ਬੰਦ ਹੋ ਕੇ ਆ ਗਏ ਆ, ਇਹਨਾਂ ਨੇ ਦਿੱਲੀ ਜਾ ਕੇ ਨੁਕਸਾਨ ਕਰ ਦੇਣਾ, ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ। ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਅਤੇ ਉੱਥੋਂ ਦੀਆਂ ਜਿਹੜੀਆਂ ਲੜਕੀਆਂ ਸੀ ਉਹ ਸਾਡੇ ਗਲ ਲੱਗ ਲੱਗ ਕੇ ਰੋਈਆਂ, ਵੀ ਅੰਕਲ ਜੀ ਅਸੀਂ ਭੁੱਲ ਨਹੀਂ ਸਕਦੇ ਤੁਹਾਡੇ ਪਿਆਰ ਨੂੰ, ਕਿਸ ਤਰ੍ਹਾਂ ਸਾਨੂੰ ਉੱਥੇ ਲੋਕਾਂ ਨੇ ਪਿਆਰ ਦਿੱਤਾ, ਅਸੀਂ ਇਹ ਸਾਡੇ 'ਤੇ ਇਸ ਤਰ੍ਹਾਂ ਦੇ ਲਫ਼ਜ਼ ਵਰਤਣਗੇ, ਅਤੇ ਜਿਹੜੀਾਂ ਸਾਡੇ ਘਰਾਂ 'ਚ ਸਾਡੀਆਂ ਜੰਮੀਆਂ ਹੋਈਆਂ ਧੀਆਂ ਨੇ, ਕੀ ਉਹਨਾਂ 'ਚ ਅਣਖ ਨਹੀਂ ਹੈਗੀ ਜੇ ਇਹ BJP ਦੇ ਕਹਿ ਦਿੱਤੇ ਇਸ ਤਰ੍ਹਾਂ ਕਰ ਸਕਦੀ ਆ, ਉਹਨਾਂ ਦੇ ਇਸ਼ਾਰਿਆਂ 'ਤੇ ਚੱਲਦੀ ਹੋਈ ਜੇ ਇਹ ਤਰ੍ਹਾਂ ਕਰ ਸਕਦੀ ਆ, ਅਤੇ ਸਾਡੇ ਘਰਾਂ 'ਚ ਵੀ ਜਿਹੜੀਆਂ ਜੰਮੀਆਂ ਸਾਡੀਆਂ ਧੀਆਂ ਭੈਣਾਂ ਨੇ, ਉਹਨਾਂ ਦੇ ਵਿੱਚ ਵੀ ਅਣਖ ਹੈਗੀ ਆ, ਉਹ ਵੀ ਫਿਰ ਇਸ ਚੀਜ਼ ਦਾ ਬਦਲਾ ਜਿਹੜੀਆਂ ਉਹ ਲੈ ਸਕਦੇ। ਅਤੇ ਚਪੇੜ ਕਿਸੇ ਮਰਦ ਨੇ ਨਹੀਂ ਮਾਰੀ, ਔਰਤ ਦੇ ਚਪੇੜ ਔਰਤ ਨੇ ਹੀ ਮਾਰੀ ਆ, ਅਤੇ ਜੇ ਔਰਤ ਨੇ ਜਿਹੜੀ ਔਰਤ ਇਹ ਔਰਤ ਕਿਉਂ ਬੋਲਦੀ ਰਹੀ ਇਹਨਾਂ, ਜੇ ਇਹ ਔਰਤ ਇਸ ਤਰ੍ਹਾਂ ਬੋਲ ਸਕਦੀ ਆ, ਇੰਨਾ ਮਾੜਾ ਬੋਲ ਸਕਦੀ ਆ ਕਿਸਾਨਾਂ ਦੇ ਪ੍ਰਤੀ, ਸਾਡੀਆਂ ਔਰਤਾਂ ਦੇ ਪ੍ਰਤੀ, ਸਾਡੀਆਂ ਧੀਆਂ ਭੈਣਾਂ ਦੇ ਪ੍ਰਤੀ ਇਹ ਬੋਲ ਸਕਦੀ ਆ, ਜੇ ਇਹਨਾਂ ਦੀ ਪਾਰਟੀ ਸਾਡੇ ਨੌਜਵਾਨ ਬੱਚਿਆਂ ਨੂੰ ਗੋਲੀਆਂ ਮਾਰ ਕੇ ਛੰਨੀ ਛੰਨੀ ਕਰ ਸਕਦੀ ਆ, ਗੋਲੀਆਂ 'ਚ ਪਾ ਕੇ ਉਹਨਾਂ ਨੂੰ ਭੰਨ ਕੇ ਉਹਨਾਂ ਦੀਆਂ ਹੱਡੀਆਂ ਕੋਲ ਭੰਨ ਦਿੰਦੇ ਆ, ਅਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜੇ ਉੱਥੇ ਥੱਪੜ ਵੱਜ ਗਿਆ ਤਾਂ ਕਿਹੜੀ ਆਖਰ ਆ ਗਈ ਆ, ਕੋਈ ਚੱਕਰ ਨਹੀਂ। ਸਰ ਆਪਣਾ ਨਾਮ ਦੇ ਦੁਨੀਆਂ ਦਾ ਨਾਮ? ਬਲਦੇਵ ਸਿੰਘ ਸਰਸਾ, ਔਰ ਲੋਕ ਭਲਾਈ ਇਨਸਾਫ ਵੈਲਫੇਅਰ ਸੋਸਾਇਟੀ, ਵੈਸੇ BKU ਸਰਸੇ ਦੇ ਨਾਲ। ਕੰਗਣਾ ਰਾਉਤ ਦੇ ਜਿਹੜੀ ਚਪੇੜ ਵੱਜੀ ਆ, ਇਹ ਕਿਉਂ ਵੱਜੀ, ਇਹਦਾ ਕਾਰਨ ਕੀ ਹੈ? ਇਹ ਇੱਕ ਔਰਤ ਹੋਣ ਦੇ ਨਾਤੇ ਜੋ ਕੁਝ ਇਹ ਕਿਸਾਨੀ ਸੰਘਰਸ਼ ਦੇ ਖਿਲਾਫ ਸਾਡੀਆਂ ਬਜ਼ੁਰਗ ਔਰਤਾਂ ਨੂੰ, ਇਹ ਕਹਿੰਦੀ ਸੀ ਕਿਰਾਏ 'ਤੇ ਲੈਂਦੀਆਂ ਨੇ, ਇਹ 100-100 ਰੁਪਈਏ ਦਿਹਾੜੀ 'ਤੇ ਲੈਂਦੀਆਂ ਨੇ, ਇਹ ਕੀ ਕੁਛ ਬੋਲਦੀ ਰਹੀ ਆ, ਇਹ ਕਿਸਾਨਾਂ ਨੂੰ ਕੀ ਕੁਛ ਬੋਲਦੀ ਰਹੀ ਆ, ਇਹਨੇ ਕਿਹੜਾ ਰਹੇ ਕਿਸਾਨ ਜਿਹੜਾ ਉਹ ਅੰਨਦਾਤਾ ਕਿਹਾ ਜਾਂਦਾ ਹੈ,
ਕਿਸਾਨ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ ਅਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਜਦੋਂ ਗਿਆ ਸੀ ਅਤੇ ਉਹਨਾਂ ਦੀ ਆਵਾਜ਼ ਵੰਡ ਦੀ ਬਜਾਏ ਇਹਦਾ ਫਰਜ਼ ਇਹ ਬਣਦਾ ਸੀ ਵੀ ਇਹ ਕਿਸਾਨਾਂ ਦੀ ਗੱਲ ਕਰਦੀ ਅਤੇ ਕਿਸਾਨਾਂ ਦੀ ਗੱਲ ਕਰਨ ਦੀ ਬਜਾਏ ਇਹ ਸਾਡੇ ਖਿਲਾਫ਼ ਬੋਲਦੀ ਰਹੀ ਆ। ਔਰ ਸਾਡੇ ਜਿਹੜੇ ਨੌਜਵਾਨ 750 ਕਿਸਾਨ ਸਾਡਾ ਉਦੋਂ ਸ਼ਹੀਦ ਹੋ ਗਿਆ ਜਿਹੜੇ ਲਖੀਮਪੁਰ ਖੀਰੀ ਵਾਲੇ, ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਜਿੱਥੇ 4 ਕਿਸਾਨ ਜਿਹੜੇ ਸੀ ਉਹ ਗੱਡੀਆਂ ਥੱਲੇ ਦਰੜ ਕੇ ਮਾਰੇ ਗਏ, ਉੱਥੇ ਨਾਲ ਇੱਕ ਪੱਤਰਕਾਰ ਜਿਹੜਾ ਸੀ ਉਹ ਵੀ ਸ਼ਹੀਦ ਕੀਤਾ ਗਿਆ, ਸਾਡੇ ਕਿਸਾਨ ਸ਼ਹੀਦ ਕੀਤੇ ਗਏ। ਇਹ ਜਿਹੜਾ ਸਭ ਕੁਛ ਹੋਇਆ, ਇਸ ਔਰਤ ਨੇ ਕਦੇ ਇਹ ਦੱਸੋ ਵੀ ਜੇ ਸਾਡੇ ਹੱਕ 'ਚ ਨਹੀਂ ਤਾਂ ਜਿਹੜੀਆਂ ਔਰਤ ਪਹਿਲਵਾਨ ਸਨ ਜਿਨ੍ਹਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ, ਕਿਤੇ ਉਹਨਾਂ ਦੇ ਹੱਕ 'ਚ ਵੀ ਕਿਤੇ ਬੋਲੀ ਸੀ? ਇਹ ਅੱਜ ਤੱਕ ਉਸ ਪਾਰਟੀ ਦੇ ਨਾਲ ਰਹਿ ਕੇ ਜਿਹਨੇ ਮਤਲਬ ਕਿ ਘੱਟ ਗਿਣਤੀਆਂ ਦੇ ਉੱਤੇ ਹਮਲੇ, ਕਿਸਾਨਾਂ ਦੇ ਉੱਤੇ ਹਮਲੇ, ਆਮ ਮਜ਼ਦੂਰਾਂ 'ਤੇ ਹਮਲੇ, ਔਰ ਜਿਹੜੀਆਂ ਮਾਸੂਮ ਲੜਕੀਆਂ, ਦਲਿਤ ਪਰਿਵਾਰਾਂ ਦੀਆਂ ਲੜਕੀਆਂ, ਉਹਨਾਂ 'ਤੇ ਬਲਾਤਕਾਰ ਕਰਕੇ ਉਹਨਾਂ ਦੀਆਂ ਡੈੱਡ ਬਾਡੀਆਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ, ਇਹ ਉਸ ਪਾਰਟੀ ਦੇ ਨਾਲ ਚੱਲ ਕੇ ਅਤੇ ਇਹ ਔਰਤਾਂ ਦੇ ਖਿਲਾਫ਼ ਬੋਲੇ ਅਤੇ ਇਹਨਾਂ ਜਦੋਂ ਰੌਲਾ ਪਾਉਂਦੀ ਸੀ ਅਤੇ ਜਿਹੜੀ ਫਿਰ ਸਾਡੀ ਆਏ ਉਹ ਚੰਡੀਗੜ੍ਹ ਏਅਰਪੋਰਟ ਅੱਡੇ ਦੇ ਉੱਤੇ, ਚੰਡੀਗੜ੍ਹ ਦੇ ਉੱਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ, ਕੋਈ ਮਾੜਾ ਨਹੀਂ ਕੀਤਾ, ਚੰਗਾ ਕੀਤਾ ਯਾਰ। ਥੱਪੜ ਵੱਜਣ ਤੋਂ ਬਾਅਦ ਫਿਰ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਵੱਧ ਰਿਹਾ, ਜਿਹੜਾ ਤੁਸੀਂ ਜਿਹੜਾ ਸਾਡਾ ਬੱਚਾ ਨੌਜਵਾਨ ਸ਼ਹੀਦ ਕੀਤਾ ਸ਼ੁਭ ਕਰਨ, ਉਹ ਤੁਹਾਡਾ ਅੱਤਵਾਦ ਨਹੀਂ? ਤੁਸੀਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ, ਦਿੱਲੀ ਅਸੀਂ ਜਾ ਨਹੀਂ ਸਕਦੇ? ਜੇ ਅਸੀਂ ਦਿੱਲੀ ਜਾਂਦੇ ਹਾਂ ਤਾਂ ਅੱਤਵਾਦੀ ਹਾਂ, ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਅੱਤਵਾਦੀ ਹਾਂ। ਸ਼ੁਭ ਕਰਨ ਨੇ ਕੀ ਕੀਤਾ ਸੀ, ਕਿਹੜੇ ਹਥਿਆਰ ਸੀ ਉਹਦੇ ਕੋਲ? ਇਹ ਕਹਿੰਦੇ ਸੀ ਇਹ ਹਥਿਆਰਬੰਦ ਹੋ ਕੇ ਆ ਗਏ ਆ, ਇਹਨਾਂ ਨੇ ਦਿੱਲੀ ਜਾ ਕੇ ਨੁਕਸਾਨ ਕਰ ਦੇਣਾ, ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ। ਅੱਜ ਤੱਕ ਸਾਡੇ ਕਿਸਾਨਾਂ ਨੇ 5 ਮਹੀਨੇ ਚੱਲੇ ਨੇ ਮੋਰਚਾ ਚੱਲਦੇ ਨੂੰ, ਕਿਸੇ ਇੱਕ ਨੂੰ ਫੁਰਦੀ ਮਾਰੀ ਆ, 13 ਮਹੀਨੇ ਪਹਿਲਾਂ ਦਿੱਲੀ 'ਤੇ ਰਹਿ, ਕਿਸੇ ਨੂੰ ਕੰਕਰ ਨਹੀਂ ਮਾਰੇ। ਤੁਹਾਨੂੰ ਪਤਾ ਹੋਵੇਗਾ ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਅਤੇ ਉੱਥੋਂ ਦੀਆਂ ਜਿਹੜੀਆਂ ਲੜਕੀਆਂ ਸੀ ਉਹ ਸਾਡੇ ਗੱਲ ਲੱਗ ਲੱਗ ਕੇ ਰੋਈਆਂ ਵੀ ਅੰਕਲ ਜੀ ਅਸੀਂ ਭੁੱਲ ਨਹੀਂ ਸਕਦੇ ਤੁਹਾਡੇ ਪਿਆਰ ਨੂੰ, ਕਿਸ ਤਰ੍ਹਾਂ ਸਾਨੂੰ ਉੱਥੇ ਲੋਕਾਂ ਨੇ ਪਿਆਰ ਦਿੱਤਾ, ਅਸੀਂ ਉਹ ਲੋਕ ਜਿਹੜੇ ਪਿਆਰ ਕਰਨ ਵਾਲੇ, ਅਤੇ ਸਾਨੂੰ ਇਹ ਸਾਨੂੰ ਗੋਲੀਆਂ ਚਲਾਉਣ ਸਾਡੇ 'ਤੇ, ਸਾਨੂੰ ਛੇਕ ਕਰਨ, ਔਰ ਸਾਨੂੰ ਇਹ ਅੱਤਵਾਦੀ ਆਤੰਕਵਾਦੀ ਦੇਸ਼ ਧਰੋਹੀ ਕਹਿਣ, ਅਤੇ ਜੇ ਇਹ ਸਾਡੇ 'ਤੇ ਇਸ ਤਰ੍ਹਾਂ ਦੇ ਲਫ਼ਜ਼ ਵਰਤਣਗੇ ਤਾਂ ਜਿਹੜੀਆਂ ਸਾਡੇ ਘਰਾਂ 'ਚ ਸਾਡੀਆਂ ਜੰਮੀਆਂ ਹੋਈਆਂ ਧੀਆਂ ਨੇ, ਕੀ ਉਹਨਾਂ 'ਚ ਅਣਖ ਨਹੀਂ ਹੈਗੀ? ਜੇ ਇਹ BJP ਦੇ ਕਹਿ ਦਿੱਤੇ ਇਸ ਤਰ੍ਹਾਂ ਕਰ ਸਕਦੀ ਆ, ਉਹਨਾਂ ਦੇ ਇਸ਼ਾਰਿਆਂ 'ਤੇ ਚੱਲਦੀ ਹੋਈ ਜੇ ਇਹ ਤਰ੍ਹਾਂ ਕਰ ਸਕਦੀ ਆ, ਤਾਂ ਸਾਡੇ ਘਰਾਂ 'ਚ ਵੀ ਜਿਹੜੀਆਂ ਜੰਮੀਆਂ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਦੇ ਵਿੱਚ ਵੀ ਅਣਖ ਹੈਗੀ ਆ, ਉਹ ਵੀ ਫਿਰ ਇਸ ਚੀਜ਼ ਦਾ ਬਦਲਾ ਜਿਹੜੀਆਂ ਉਹ ਲੈ ਸਕਦੀਆਂ। ਔਰਤ ਦੇ ਚਪੇੜ ਕਿਸੇ ਮਰਦ ਨੇ ਨਹੀਂ ਮਾਰੀ, ਔਰਤ ਦੇ ਚਪੇੜ ਔਰਤ ਨੇ ਹੀ ਮਾਰੀ ਆ, ਅਤੇ ਜੇ ਔਰਤ ਨੇ ਜਿਹੜੀ ਔਰਤ ਇਹ ਔਰਤ ਕਿਉਂ ਬੋਲਦੀ ਰਹੀ ਇਹਨਾਂ? ਜੇ ਇਹ ਔਰਤ ਇਸ ਤਰ੍ਹਾਂ ਬੋਲ ਸਕਦੀ ਆ, ਇੰਨਾ ਮਾੜਾ ਬੋਲ ਸਕਦੀ ਆ ਕਿਸਾਨਾਂ ਦੇ ਪ੍ਰਤੀ, ਸਾਡੀਆਂ ਔਰਤਾਂ ਦੇ ਪ੍ਰਤੀ, ਸਾਡੀਆਂ ਧੀਆਂ ਭੈਣਾਂ ਦੇ ਪ੍ਰਤੀ ਇਹ ਬੋਲ ਸਕਦੀ ਆ? ਜੇ ਇਹਨਾਂ ਦੀ ਪਾਰਟੀ ਸਾਡੇ ਨੌਜਵਾਨ ਬੱਚਿਆਂ ਨੂੰ ਗੋਲੀਆਂ ਮਾਰ ਕੇ ਛੰਨੀ ਛੰਨੀ ਕਰ ਸਕਦੀ ਆ, ਗੋਲੀਆਂ 'ਚ ਪਾ ਕੇ ਉਹਨਾਂ ਨੂੰ ਭੰਨ, ਉਹਨਾਂ ਦੀਆਂ ਹੱਡੀਆਂ ਕੋਲ ਭੰਨ ਦਿੰਦੇ ਆ, ਅਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜੇ ਉੱਥੇ ਥੱਪੜ ਵੱਜ ਗਿਆ ਤਾਂ ਕਿਹੜੀ ਆਖਰ ਆ ਗਈ ਆ? ਕੋਈ ਚੱਕਰ ਨਹੀਂ।